ਕਿਸਾਨ ਖੰਡਾਇਆ ਜਾ ਰਿਹਾ। ਮਤਲਬ ਕੀ ਨਿਕਲਦਾ ਸਰਕਾਰ ਚਲਾਕੀਆਂ ਕਰੇਗੀ ਔਰ ਸਾਡਾ ਇਤਿਹਾਸ ਰਾਮ ਮੰਦਿਰ ਦੀ ਵਜ੍ਹਾ ਕਰਕੇ ਮੋਦੀ ਦਾ ਗ੍ਰਾਫ ਉੱਪਰ ਆ ਗਿਆ ਇਤਿਹਾਸ ਗਵਾਹ ਉਹ ਗ੍ਰਾਫ ਥੱਲੇ ਕਰਨਾ ਵਾ ਔਰ ਅੰਦੋਲਨ ਨੂੰ ਵਾਮਪੰਥੀ ਦਿੱਲੀ ਆਏ ਹਾਂ ਪਹਿਲੇ ਦਿਨ ਸਪੋਰਟ ਹੈ ਇਹ ਬੀਜੇਪੀ ਨੂੰ ਇਲਜ਼ਾਮ ਲਗਾਏ ਲੋਕ 100 ਚੋਂ 66 ਬੰਦੇ ਕਹਿ ਰਹੇ ਸੀ ਮੋਦੀ ਬਹੁਤ ਅੱਛਾ ਹੈ ਰਾਜਨੀਤੀ ਕਰਨਾ ਲੇਕਿਨ ਸਤੰਬਰ ਤੱਕ ਜਾਂਦਿਆਂ ਜਾਂਦਿਆਂ ਮੋਦੀ ਜਿਹੜੀ ਮੰਗਾਂ ਨੂੰ ਲਾਗੂ ਕਰ ਲਈ ਸੀ ਅਸੀਂ ਆਪ ਕਰ ਦੇਵਾਂਗੇ 15-16 ਮੰਗਾਂ ਨੂੰ ਲਾਗੂ ਨਹੀਂ ਕਰਨਾ ਤਾਂ ਅਸੀਂ ਕੋਈ ਫਿਰ ਇਹ ਉਸ ਤਰ੍ਹਾਂ ਦੀ ਤਲਾਸ਼ੀ ਕਰਨੀ ਅਸੀਂ ਸ਼ਾਂਤੀਪੂਰਵਕ ਢੰਗ ਦੇ ਨਾਲ ਆਇਓ ਜਿਸ ਤਰੀਕੇ ਦੇ ਨਾਲ ਅਸੀਂ ਲੜ ਰਹੇ ਹਾਂ ਵੀ ਔਰ ਉਹ ਸਾਡੇ ਵੀ ਸਰਕਾਰ ਹਮਲਾ ਕਰ ਰਹੇ ਨੇ ਆ ਕਿਹੋ ਜਿਹੇ ਹਮਲੇ ਕਰਨ ਨਹੀਂ ਵਰਤੀਆਂ ਤੇ ਸਾਡੇ ਲੋਕ ਸ਼ਾਂਤੀ ਰੱਖਣਗੇ ਮੋਟਾਰ ਨੇ ਫਿਰ ਦੱਸਿਓ ਹਾਂ ਇਹ ਦੇਸ਼ ਦੇ ਲੋਕ ਕਿਸਾਨਾਂ ਵੱਲ ਖੜਨਗੇ ਉਧਰ ਦੇਸ਼ ਦੇ ਲੋਕ ਮੋਦੀ ਵੱਲ ਖੜਨਗੇ ਹਰਿਆਣਾ ਵੱਲੋਂ ਔਰ ਪੂਰੇ ਸੰਸਾਰ ਦੇ ਵਿੱਚ ਮੀਡੀਆ ਦੇ ਮਾਧਿਅਮ ਦੇ ਰਾਹੀਂ ਸਾਡੀ ਇਹ ਗੱਲ ਜਾ ਰਹੀ ਹੈ ਰਾਹ ਚੱਲ ਰਹੇ ਨੇ ਹੁਣ ਉਹਨਾਂ ਦੇ ਸੋਹਰਾ ਤੇ ਚੱਲੇ ਨੇ ਕੀ ਬਾਹਰ ਪੁੱਛਣਗੇ ਨਹੀਂ ਆਦਮੀ ਦੀ ਮੌਤ ਦਾ ਕਹਿੰਦਾ ਬਹੁਤ ਵੱਡਾ ਲੋਕਤੰਤਰ ਹੈ ਆ ਤੇਰਾ ਲੋਕਤੰਤਰ ਜਾ ਰਿਹਾ ਹੈ ਇਹਨੂੰ ਦੱਸਣ ਦੀ ਕਰਨ ਵਾਸਤੇ ਪੁੱਛਣਗੇ 12 ਬੋਰ ਮੋਦੀ ਨੂੰ ਝੂਠ ਹੋਏਗੀ ਨਹੀਂ ਹੋਏਗੀ 12 ਬੋਰ ਦੀ ਝੂਠ ਹੋਈ ਆ ਤਾਂ ਫਿਰ ਕੀ ਹੋਇਆ ਕੀਤਾ ਜਾ ਰਿਹਾ ਹੈ ਹੁਣ ਕੀ ਮੰਨਦੇ ਨੇ ਜੀ ਇਹਨਾਂ ਨੇ ਜਿਹੜੇ ਇਹ ਤਾਂ ਇਹ ਮੈਂ ਕਿਤੇ ਨਹੀਂ ਕਹਿੰਦਾ ਕਿ ਮੋਦੀ ਦੀਆਂ ਵੋਟਾਂ ਘਟਾਉਣੀਆਂ ਮੈਂ ਕਦੇ ਨਹੀਂ ਕਹਿੰਦਾ ਨਾ ਮੇਰਾ ਮਤਲਬ ਜਾ ਰਿਹਾ ਹੈ ਲੇਕਿਨ ਮੋਦੀ ਦੀ ਜਿਹੜੀ ਇਹ ਸੀਗੀ ਕਿ ਬਹੁਤ ਚੰਗਾ ਬਹੁਤ ਚੰਗਾ ਉਹ ਅਸੀਂ ਆਦਣੀ ਕਰਤੂਤਾਂ ਨੰਗੀਆਂ ਕਰਕੇ ਲੋਕਾਂ ਦੇ ਸਾਹਮਣੇ ਇਹ ਜਿਹੜਾ ਬਿਆਨ ਬੀਜੇਪੀ ਵੱਲੋਂ ਦਿੱਤਾ ਦਿਖਾ ਰਹੇ ਹੈ ਵੀਡੀਓ ਹੁੰਦਾ ਇਹ ਕਦੋਂ ਕਿਹਾ ਸੀ ਔਰ ਕੀ ਕਿਹਾ ਸੀ ਇਤਿਹਾਸ ਮੈਂ ਜਿਹੜੀ ਹੁਣ ਤੁਹਾਨੂੰ ਸਪਸ਼ਟ ਕੀਤੀ ਇੱਕ ਮਿੰਟ ਯਾਰ ਮੈਂ ਜਿਹੜੀ ਹੁਣ ਸਪਸ਼ਟ ਨਹੀਂ ਕਰਕੇ ਹਟਿਆ ਕਿ ਸਾਡਾ ਰਾਜਨੀਤੀ ਨਾਲ ਕੋਈ ਸੰਬੰਧ ਨਾ ਹੈ ਨਾ ਹੋਏਗਾ ਨਾ ਹੋਣਾ 66 ਬੰਦੇ ਕਹਿ ਰਹੇ ਸੀ ਲੇਕਿਨ ਇਹ ਜ਼ਰੂਰ ਹੈ ਕਿ ਜਿਹੜੇ ਆਹ ਹਮਲੇ ਹੋ ਰਹੇ ਨੇ ਸਾਡੇ ਤੇ ਇਹ ਹਮਲੇ ਸ਼ਾਂਤੀ ਦੇ ਸ਼ਾਂਤੀਪੂਰਵਕ ਢੰਗ ਨਾਲ ਸਾਡੇ ਲੋਕ ਇਹਨਾਂ ਨੂੰ ਚੱਲ ਰਹੇ ਨੇ 15-16 ਤੱਕ ਸ਼ਾਂਤੀ ਨਾਲ ਸਾਡਾ 700-800 ਅਸੀਂ ਕੋਈ ਕਿਸਾਨ ਮਰਵਾ ਕੇ ਮੋਦੀ ਦਾ ਗ੍ਰਾਫ ਡਾਊਨ ਆਇਆ ਸੀ ਕਿ ਨਹੀਂ ਆਇਆ ਸੀ ਇਹ ਦੱਸੇ ਮੈਨੂੰ ਬੀਜੇਪੀ ਜਿਸ ਤਰੀਕੇ ਦੇ ਨਾਲ ਕਹਿੰਦੇ ਕਿ ਵਾਮਪੰਥੀ ਤੇ ਕਾਂਗਰਸ ਦੀ ਸਪੋਰਟ ਹੈ ਟਾਈਮਿੰਗ ਨੂੰ ਲੈ ਕੇ ਸਵਾਲ ਚੱਕ ਰਹੀ ਕਿ ਜਦੋਂ 10-15 ਦਿਨ ਕੋਡ ਆਫ ਕੰਡਕਟ ਨੂੰ ਰਹਿ ਗਏ ਜਦੋਂ ਪਾਰਲੀਮੈਂਟ ਦਾ ਸੈਸ਼ਨ ਖਤਮ ਹੋ ਗਿਆ ਉਸ ਤੋਂ ਬਾਅਦ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਇਹ ਪ੍ਰੋਟੈਸਟ ਪਾਰਲੀਮੈਂਟ ਸੈਸ਼ਨ ਜਦੋਂ ਸ਼ੁਰੂ ਹੋਣਾ ਸੀ ਉਸ ਤੋਂ ਪਹਿਲਾਂ ਕਰਨਾ ਚਾਹੀਦਾ ਸੀ ਕਾਨੂੰਨ ਪਾਰਲੀਮੈਂਟ ਦੇ ਵਿੱਚ ਆਉਣਾ ਹੈ ਇਸ ਕਰਕੇ ਦੀ ਗੱਲ ਕੀਤੀ ਬਹੁਤ ਵੱਡੀ ਗੱਲ ਕੀਤੀ ਸਾਡੀ ਇਹ ਗੱਲ ਜਾ ਰਹੀ ਹੈ ਅਸੀਂ ਮੰਗ ਪੱਤਰ ਸਰਕਾਰ ਨੂੰ ਪੁੱਛਣਗੇ ਨਹੀਂ 4 ਮਹੀਨੇ ਪਹਿਲਾਂ ਦੇ ਭੇਜ ਰਹੇ ਹਾਂ 5 ਮਹੀਨਿਆਂ ਤੋਂ ਆ ਤੇਰਾ ਲੋਕਤੰਤਰ ਸਰਕਾਰ ਸਾਡੇ ਮੰਗ ਪੱਤਰਾਂ ਤੇ ਗੌਰ ਕਰਦੇ ਨਾ ਸਾਨੂੰ ਇੱਥੇ ਆਉਣਾ ਹੀ ਨਾ ਪੈਂਦਾ ਤਾਂ ਮੋਦੀ ਨੂੰ ਥੂ ਥੂ ਹੋਏਗੀ ਲੋਕਤੰਤਰਕ ਢਾਂਗਾ ਜੇ ਥੂ ਥੂ ਹੋਈ ਹੈ ਪਰ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਢਾਂਚੇ ਦੇ ਵਿੱਚ ਮੰਨਦੇ ਨੇ ਇਹੀ ਗੱਲ ਹੁੰਦੀ ਆ ਇਹ ਮੈਂ ਕਿਸੇ ਨਹੀਂ ਕਹਿੰਦਾ ਕਿ ਅਸੀਂ ਆਪਣੀ ਗੱਲ ਨੂੰ ਟੱਕ ਢਾਉਣ ਦੇ ਤਰੀਕੇ ਨਾਲ ਰੱਖੀਏ ਔਰ ਉਹ ਰੱਖੀ ਜਦੋਂ ਨਾ ਵੀ ਸੁਣੂਗਾ ਤਾਂ ਫਿਰ ਪ੍ਰੋਟੈਸਟ ਕਰਨਾ ਸਾਡੀਗਾ ਮਜਬੂਰੀ ਹੈ ਵਾਮਪੰਥੀ ਤੇ ਕਾਂਗਰਸੀਆਂ ਦਾ ਕਹਿ ਰਹੇ ਕਿ ਉਹਨਾਂ ਦੀ ਸ਼ੈਵ ਹੈ ਇਲਜ਼ਾਮ ਲਗਾ ਰਹੇ ਨੇ ਬਿਆਨ ਬੀਜੇਪੀ ਵੱਲੋਂ ਮੈਂ ਕਹਿੰਦਾ ਜਦੋਂ ਅਸੀਂ ਲੜਾਈ ਲੜਾਂਗੇ ਜਿਹਦੇ ਖਿਲਾਫ ਵੀ ਲੜਾਈ ਲੜਾਂਗੇ ਜੇ ਅਸੀਂ ਬੀਜੇਪੀ ਦੇ ਖਿਲਾਫ ਲੜਾਂਗੇ ਕੀਤੀ ਆਮ ਆਦਮੀ ਸਰਕਾਰ ਦੇ ਵੀ ਮੈਂ ਜਿਹੜੀ ਹੁਣ ਸਪਸ਼ਟੀ ਕਰਕੇ ਅੱਗੇ ਕਰ ਸਕਦੀ ਆ ਬੀਜੇਪੀ ਦੇ ਬੀਜੇਪੀ ਸਾਨੂੰ ਨਾ ਸੋਣੀ ਆਮ ਆਦਮੀ ਨੇ ਲੜਾਂਗੇ ਉਹ ਬੀਜੇਪੀ ਕਹਿ ਸਕਦੇ ਨੇ ਜ਼ਰੂਰ ਆ ਜਗਜੀਤ ਸਿੰਘ ਚੱਲੇਵਾਲ ਦੱਸ ਰਹੇ ਸੀਗੇ ਇਸ ਪੂਰੇ ਬਿਆਨ ਦੇ ਮਾਇਨੇ ਔਰ ਜਿਸ ਤਰੀਕੇ ਦੇ ਨਾਲ ਇਹਨਾਂ ਦੀ ਵੀਡੀਓ ਵਾਇਰਲ ਹੋ ਰਹੀ ਸੀ ਉਸ ਤੇ ਵੀ ਸਪਸ਼ਟੀਕਰਨ ਜਿਹੜਾ ਵਾ ਉਹ ਦਿੱਤਾ ਗਿਆ ਕੈਮਰਾਮੈਨ ਜਿੰਦਰ ਦੇ ਨਾਲ ਪੰਕਜ ਪੈਂ ਨਿਊਜ਼ 18 ਸ਼ੰਭੂ ਮੋਦੀ ਦਾ ਗ੍ਰਾਫ ਡਾਊਨ ਆਇਆ ਸੀ ਕਿ ਨਹੀਂ ਆਇਆ ਸੀ ਇਹ ਦੱਸੇ ਮੈਨੂੰ ਬੀਜੇਪੀ ਬੀਜੇਪੀ ਇਹ ਕਹਿ ਰਹੀ ਕਹਿੰਦੇ ਕਿ ਵਾਮਪੰਥੀ ਤੇ ਕਾਂਗਰਸ ਦੀ ਸਪੋਰਟ ਹੈ ਟਾਈਮਿੰਗ ਨੂੰ ਲੈ ਕੇ ਸਵਾਲ ਚੱਕ ਰਹੀ ਕਿ ਜਦੋਂ 10-15 ਦਿਨ ਕੋਡ ਆਫ ਕੰਡਕਟ ਨੂੰ ਰਹਿ ਗਏ ਜਦੋਂ ਪਾਰਲੀਮੈਂਟ ਦਾ ਸੈਸ਼ਨ ਖਤਮ ਹੋ ਗਿਆ ਉਸ ਤੋਂ ਬਾਅਦ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਇਹ ਪ੍ਰੋਟੈਸਟ ਪਾਰਲੀਮੈਂਟ ਸੈਸ਼ਨ ਜਦੋਂ ਸ਼ੁਰੂ ਹੋਣਾ ਸੀ ਉਸ ਤੋਂ ਪਹਿਲਾਂ ਕਰਨਾ ਚਾਹੀਦਾ ਸੀ ਕਾਨੂੰਨ ਪਾਰਲੀਮੈਂਟ ਦੇ ਵਿੱਚ ਆਉਣਾ ਹੈ ਇਸ ਤਰੀਕੇ ਦੀ ਗੱਲ ਕੀਤੀ ਬਹੁਤ ਵੱਡੀ ਗੱਲ ਕੀਤੀ ਹੈ ਅਸੀਂ ਮੰਗ ਪੱਤਰ ਸਰਕਾਰ ਨੂੰ
ਚਾਰ ਮਹੀਨੇ ਪਹਿਲਾਂ ਦੇ ਭੇਜ ਰਹੇ ਹਾਂ ਪੰਜ ਮਹੀਨਿਆਂ ਤੋਂ। ਸਰਕਾਰ ਸਾਡੇ ਮੰਗ ਪੱਤਰਾਂ ਤੇ ਗੌਰ ਕਰਦੀ ਨਾ, ਸਾਨੂੰ ਇੱਥੇ ਆਉਣਾ ਹੀ ਨਾ ਪੈਂਦਾ। ਦੇਖੋ ਲੋਕਤੰਤਰਕ ਢਾਂਗਾ ਢਾਂਚਾ ਔਰ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਢਾਂਚੇ ਦੇ ਵਿੱਚ ਇਹੀ ਗੱਲ ਹੁੰਦੀ ਆ ਕਿ ਅਸੀਂ ਆਪਦੀ ਗੱਲ ਨੂੰ ਉਸ ਤਰੀਕੇ ਨਾਲ ਰੱਖੀਏ, ਔਰ ਉਹ ਰੱਖੀ ਜਦੋਂ ਨਾ ਕੋਈ ਸੁਣੂਗਾ ਤਾਂ ਫਿਰ ਪ੍ਰੋਟੈਸਟ ਕਰਨਾ ਸਾਡੀ ਮਜਬੂਰੀ ਹੈ। ਵਾਮਪੰਥੀ ਤੇ ਕਾਂਗਰਸੀਆਂ ਦਾ ਕਹਿ ਰਹੇ ਕਿ ਉਹਨਾਂ ਦੀ ਸ਼ੈਵ ਹੈ, ਇਲਜ਼ਾਮ ਲਗਾ ਰਹੇ ਨੇ। ਮੈਂ ਕਹਿੰਦਾ ਜਦੋਂ ਅਸੀਂ ਲੜਾਈ ਲੜਾਂਗੇ ਜਿਹਦੇ ਖਿਲਾਫ਼ ਲੜਾਈ ਲੜਾਂਗੇ, ਜੇ ਅਸੀਂ ਬੀਜੇਪੀ ਦੇ ਖਿਲਾਫ਼ ਲੜਾਂਗੇ ਉਹ ਆਮ ਆਦਮੀ ਨੂੰ ਤੇ ਵੀ ਸਾਨੂੰ ਆਮ ਆਦਮੀ ਪਾਰਟੀ ਦੇ ਕਹਿ ਸਕਦੀ ਹੈ, ਬੀਜੇਪੀ ਦੇ ਬੀਜੇਪੀ ਸਾਨੂੰ ਸੋਰੀ ਜੋ ਆਮ ਆਦਮੀ ਦੇ ਲੜਾਂਗੇ ਉਹ ਬੀਜੇਪੀ ਕਹਿ ਸਕਦੀ ਹੈ। ਠੀਕ ਹੈ, ਜਗਜੀਤ ਸਿੰਘ ਕੱਲੇਵਾਲ ਦੱਸ ਰਹੇ ਸੀਗੇ ਇਸ ਪੂਰੇ ਬਿਆਨ ਦੇ ਮਾਇਨੇ, ਔਰ ਜਿਸ ਤਰੀਕੇ ਦੇ ਨਾਲ ਇਹਨਾਂ ਦੀ ਵੀਡੀਓ ਵਾਇਰਲ ਹੋ ਰਹੀ ਸੀ ਉਸ ਤੇ ਵੀ ਸਪਸ਼ਟੀਕਰਨ ਜਿਹੜਾ ਵੈ ਉਹ ਦਿੱਤਾ ਗਿਆ। ਕੈਮਰਾਮੈਨ ਰਜਿੰਦਰ ਦੇ ਨਾਲ ਪੰਕਜ ਪਾਈ, ਨਿਊਜ਼ 18 ਸ਼ੰਭੂਗੜ੍ਹ।